ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਅੱਜ ਮਹਿਫਲ ਲੱਗੀ ਹੋਈ ਹੈ ਜੀ GNI ਕਾਲਜ, ਜਿਹੜਾ ਕਿ ਮੁਲਾਣਾ ਦੇ ਵਿੱਚ ਪੈਂਦਾ। ਬਹੁਤ ਜਿਵੇਂ ਕਿ ਸੋਹਣੀ ਇਮਾਰਤ, ਮੈਂ ਪਹਿਲੇ ਕਹਿ ਚੁੱਕਿਆ ਸੀਗਾ ਅਤੇ ਬੱਚੇ ਵੀ ਬਹੁਤ ਟੈਲੈਂਟਡ ਨੇ। ਸੋ ਮੈਂ ਜਦੋਂ ਇਹਨਾਂ ਨੂੰ ਇਕੱਠੇ ਜਿਹੇ ਕਰਦਾ ਸੀਗਾ ਵੀ ਆਜੋ ਬਾਈ ਗੱਲਬਾਤ ਕਰਦੇ ਹਾਂ, ਉਦੋਂ ਇੱਕ ਕਹਿੰਦੇ HOD ਸਰ ਆ ਗਏ, HOD ਸਰ ਆ ਗਏ। ਮੈਂ ਡਰ ਗਿਆ, ਮੈਂ ਕਿਹਾ ਵੀ ਯਾਰ ਸਰ ਆ ਗਏ। ਅੱਛਾ ਕਹਿੰਦੇ ਉਹ ਆ ਗਏ ਹੈ, ਇਹ ਕਹੀ ਹਨ। ਅੱਛਾ ਮੈਨੂੰ ਕਿਤੇ ਦੇਖਣਾ, ਮੈਂ ਕਿਹਾ ਵੀ HOD ਸਰ ਵੱਡੇ ਹੋਣਗੇ, ਮੈਂ ਡਰ ਜਿਆ ਗਿਆ ਵੀ ਪ੍ਰੋਗਰਾਮ ਕਿਵੇਂ ਕੱਢਾਂਗੇ ਹੁਣ। ਉਹ ਭਰਾਵਾ ਬਾਅਦ 'ਚ ਪਤਾ ਲੱਗਿਆ ਵੀ ਇਹਨੂੰ HOD ਸਰ ਕਹਿੰਦੇ। ਆਇਓ ਆਇਓ ਆਇਓ, ਭਰਾਵਾ ਅਮਿਤਾਭ ਬੱਚਨ ਜਿੱਦਾਂ ਹੀ ਹੈ ਤੂੰ ਤਾਂ ਹੈ। ਬਿਲਕੁਲ ਜੀ ਬਿਲਕੁਲ। ਕਿੱਦਾਂ ਜੀ? ਥੋੜਾ ਜਿਹਾ ਲੁਕਿਆ ਨੇਚਰ ਵੀ ਮਿਲਾ ਲੋ ਹੋ ਕੇ। ਕਿਹੋ ਜਿਹੀ ਨੇਚਰ ਉਹਨਾਂ ਦੀ, ਤੁਹਾਡੀ ਕੀ ਸਿਮਿਲੈਰਿਟੀਜ਼ ਕੀ ਨੇ? ਆਪਾਂ ਫਸਟ ਆਫ ਆਲ ਵੀ ਆਰ ਪੰਜਾਬੀ। ਓਕੇ, ਦੈਟਸ ਗੁੱਡ। ਅੰਗਰੇਜ਼ੀ ਆ ਗਈ ਹੁਣ? ਹਾਂਜੀ ਹਾਂਜੀ। ਫਸਟ ਆਫ ਆਲ ਵੀ ਆਰ ਪੰਜਾਬੀ, ਯਾ ਸੈਕਿੰਡ? ਨਾਲੇ ਆਪਾਂ ਥੋੜਾ ਕਾਮ ਰਹਿੰਦੇ ਆ। ਕਾਮ? ਸ਼ਾਂਤ। ਅੱਛਾ ਜੀ, ਸ਼ਾਂਤ। ਠੀਕ ਹੈ ਠੀਕ ਹੈ ਠੀਕ ਹੈ। ਥਰਡ? ਆਪਾਂ ਦੀ ਪਰਸਨੈਲਿਟੀ ਮਿਲਦੀ ਥੋੜੀ ਜੀ। ਮੁੰਡੇ ਤੋਂ ਪੁੱਛਦੇ ਆ, ਬਾਈ ਬਾਬਾ ਆ ਗਿਆ ਬਾਬਾ? ਨਹੀਂ ਬਾਬਾ ਜੀ ਗਏ। ਅੱਛਾ, ਨਾਲ ਨਾਲ ਇਹਨਾਂ ਦੀ ਛੇੜ ਪਤਾ ਲੱਗੀ ਜਾਂਦੀ ਹੈ। ਬਾਬਾ ਨੀ, ਪੱਬਾ 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 ਪੱਬਾ। ਕਿੱਦਾਂ ਪਾਪਾ ਪੱਬ ਤੇ ਤੁਰਦੇ ਹੋ? ਨਾ ਜੀ ਨਾ, ਪਤਾ ਨਹੀਂ ਸ਼ੁਰੂ ਤੋਂ ਪਾਤਾ, ਨਾਮ ਪਤਾ ਨਹੀਂ ਚੱਲਿਆ ਸਾਨੂੰ ਖੁਦ ਨਹੀਂ। ਪੱਬ ਪੱਬਾ ਪੱਬਾ ਸਾਹਿਬ, ਇਹ ਕਿਉਂ ਇਹਨਾਂ ਨੂੰ ਕਹਿੰਦੇ, ਕਿਉਂ ਛੇੜ ਪਾਈ ਯਾਰ? ਬਹੁਤ ਵੱਡੀ ਛੇੜ ਪਾਤੀ ਯਾਰ ਤੁਸੀਂ, ਬਹੁਤ ਵੱਡਾ ਦਰਜਾ ਦੇਤਾ। ਇੱਕ ਤਾਂ ਜੀ ਹਾਈਟ ਕਰ ਗਿਆ ਇਹਨਾਂ ਦੀ। ਅੱਛਾ, ਉਧਰ ਵੀ ਹਾਈਟ ਇੰਨੀ? ਹਾਂ ਉਹ ਵਧੀਆ, ਇਸ ਤੋਂ ਵਧੀਆ ਜੀ ਇਹਨਾਂ ਦਾ। ਇਸ ਤੋਂ ਵੱਧ ਵਧੀਆ? ਇਸ ਤੋਂ ਵੱਧ 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 ਹਾਂ, ਵੱਧ ਤੇ ਵਧੀਆ। ਹਾਂਜੀ ਹਾਂਜੀ। ਹੋਰ ਕੀ ਕਹਿੰਦੇ? ਤੇ ਇੱਕ ਇਹਨਾਂ ਦਾ ਰੁਤਬਾ ਦੇ ਕੇ ਜੀ। ਰੁਤਬਾ ਪਹਿਲੇ ਦੇ ਤੇ ਰੁਤਬਾ? ਹੋਰ ਜੀ, ਉਹਨੇ ਪੜ੍ਹਨਾ ਛੱਡ ਦੇਣਾ ਉਹਨੇ ਸਾਰਾ ਜੀ। ਕੀ ਨਾਮ ਹੈ ਆਪਣਾ? ਕਮਲ। ਕਿੰਨਾ ਕੁ ਮਾਣ ਹੈ ਇੱਥੇ? ਮਾਣ ਤੇ ਬਹੁਤ ਹੈ। ਕਿੰਨਾ ਕੁ? ਬਹੁਤ ਮਾਣ ਹੈ। ਕਿਉਂ ਕਰਦਾ ਇਸ ਕਰਕੇ ਮਾਣ ਬਹੁਤ ਹੈ? ਆਪਣੇ HOD ਜਾਤ ਦਾ ਨਾਂ ਵੀ ਮਾਣ ਨਹੀਂ ਹੈ। ਅੱਛਾ ਅੱਛਾ, ਨਾਂ ਕੀ ਹੈ? ਮਾਨ ਸਿੰਘ। ਅੱਛਾ, ਗੋਤ ਗੋਤ? ਹਾਂਜੀ। ਸਰਨੇਮ? ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੱਸ ਹੱਸ ਹੱਸ, ਸਾਰੇ ਹੱਸ। ਸਤਿ ਸ਼੍ਰੀ ਅਕਾਲ। ਆ ਕਿੱਥੋਂ ਲਿਆਂਦਾ ਰੰਗ? ਝੋਲੇ ਝਾਲੇ ਵੀ ਚੱਕੇ ਤੁਸੀਂ, ਭੋਲੇ ਭਾਲੇ ਵੀ ਲੱਗਦੇ ਹੋ। ਕਿਹੋ ਜਿਹਾ ਕਾਲਜ ਹੈ? ਕਾਲਜ ਦਾ ਇਨਵਾਇਰਮੈਂਟ ਦੱਸੋ, ਮਾਹੌਲ ਦੱਸੋ। ਕਾਲਜ ਬਹੁਤ ਅੱਛਾ ਹੈ, ਮਸਤੀ ਵਾਲਾ ਇਨਵਾਇਰਮੈਂਟ ਠੀਕ ਹੈ। ਹਾਂਜੀ ਹਾਂਜੀ। ਹੋਰ ਸਟੂਡੈਂਟ ਕਿਹੋ ਜਿਹੇ ਆ? ਸਟੂਡੈਂਟ ਵੀ ਬਹੁਤ ਅੱਛੇ ਹੈਗੇ। ਟੀਚਰ ਕਿਹੋ ਜਿਹੇ ਨੇ? ਟੀਚਰ ਵੀ ਅੱਛੇ ਹੈਗੇ, ਸਟ੍ਰਿਕਟ ਹੈਗੇ ਥੋੜ੍ਹੇ ਜਿਹੇ। ਅੱਛਾ, ਕਿਹੜਾ ਟੀਚਰ ਸਭ ਤੋਂ ਜ਼ਿਆਦਾ ਸਟ੍ਰਿਕਟ ਹੈ? ਸਾਡੇ MBA ਡਿਪਾਰਟਮੈਂਟ 'ਚ ਗਗਨ ਸਰ ਹੈਗੇ ਹੈ। ਗਗਨ ਸਰ ਸਟ੍ਰਿਕਟ ਹੈ? ਗਗਨ ਸਰ ਦਾ ਨਾਮ ਆ ਗਿਆ ਜੀ, ਦੇਖੋ ਇਹ ਖੂੰਖਾਰ ਹੈ ਸਟ੍ਰਿਕਟ ਟੀਚਰ ਗਗਨ ਸਰ। ਹਾਂਜੀ ਅੱਗੇ ਹੋਰ? ਨਹੀਂ ਸਰ, ਮੈਂ ਜ਼ਿਆਦਾ ਨਹੀਂ ਬੋਲ ਸਕਦੀ, ਉਹ ਸਾਹਮਣੇ ਖੜੇ ਨੇ। ਸੋ ਗਗਨ ਸਰ ਜੀ ਸਾਹਮਣੇ ਖੜੇ ਨੇ, ਜਿੱਥੇ ਵੀ ਬੇਨਤੀ ਹੁੰਦੀ। ਕਿੱਥੇ ਜੀ? ਵਾਹਿਗੁਰੂ ਵਾਹਿਗੁਰੂ। ਬੜੇ ਭੋਲੇ ਭਾਲੇ ਲੱਗਦੇ ਸਰ, ਆਇਓ ਜੀ ਮਾੜਾ ਜਿਹਾ ਤਾੜੀਆਂ ਵੀ ਮਿੱਤਰੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਨਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਜਦੋਂ ਮੈਂ ਇੱਥੇ ਖੜਾ ਸੀਗਾ ਬੱਚਿਆਂ ਨੂੰ ਇਕੱਠੇ ਕਰ ਰਹੇ ਸੀਗੇ, ਮੈਨੂੰ ਕਹਿੰਦੇ ਹੈਲੋ ਅੰਦਰ ਚੱਲ ਅੰਦਰ ਅੰਦਰ ਚੱਲ। ਮੈਂ ਕਿਹਾ ਸਰ, ਕਹਿੰਦੇ ਅੰਦਰ ਚੱਲ। ਮੈਂ ਕਿਹਾ ਸਰ ਮੈਂ ਐਂਕਰ ਹਾਂ ਜੀ ਮਹਾਰਾਜ, ਉੱਥੋਂ ਮੈਨੂੰ ਪਤਾ ਲੱਗ ਗਿਆ ਸੀ ਵੀ ਸਟ੍ਰਿਕਟ ਤਾਂ ਹੋਣਗੇ। ਕੀ ਗੱਲ ਹੈ, ਇੰਨੀ ਸਟ੍ਰਿਕਟਨੈਸ ਕਿਉਂ ਰੱਖੀ ਦੀ ਆਪਾਂ? ਬੱਚੋਂ ਕੋ ਜੋਬ ਕੇ ਹਿਸਾਬ ਸੇ ਤਿਆਰ ਕਰਨੇ ਕੇ ਲੀਏ ਬੜਾ ਜ਼ਰੂਰੀ ਹੈ ਸਟ੍ਰਿਕਟ ਰੱਖਣਾ। ਅਗਰ ਇਨਕੇ ਸਾਥ ਢੀਲ ਵਰਤ ਲਈ ਨਾ, ਫਿਰ ਅੱਗੇ ਬੜੇ ਤੰਗ ਹੋਗੇ। ਹਾਂ, ਤੰਗ ਕਰਨਗੇ ਵੀ? ਬਿਲਕੁਲ ਬਿਲਕੁਲ, ਬਹੁਤ ਤੰਗ ਕਰਤੇ ਹੈ। ਇਸ ਲਈ ਸਟ੍ਰਿਕਟ ਹੋਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ। ਥੋੜ੍ਹਾ ਗੈਪ ਹੋਣਾ ਜ਼ਰੂਰੀ ਹੈ ਸਟੂਡੈਂਟਸ ਔਰ ਟੀਚਰਸ ਕੇ ਬੀਚ ਟੀਚਰਸ ਵਿੱਚ। ਬਹੁਤ ਬਹੁਤ ਵਧੀਆ ਗੱਲ ਹੈ ਅਤੇ ਬਹੁਤ ਸਿਆਣੀ ਗੱਲ ਹੈ ਵੀ ਸਾਰੇ ਲਈ ਤਾੜੀਆਂ ਗੈਪ ਰੱਖਿਆ ਕਰੋ। ਹਾਂ, ਥੈਂਕ ਯੂ ਸਰ ਜੀ। ਥੈਂਕ ਯੂ ਥੈਂਕ ਯੂ ਸਰ, ਥੋੜ੍ਹਾ ਗੈਪ ਰੱਖ ਲਓ ਜੀ, ਮੈਨੂੰ ਤਾਂ ਆਪ ਡਰ ਜਿਹਾ ਲੱਗਣ ਲੱਗ ਗਿਆ। ਹਾਂਜੀ, ਮੈਂ ਤੁਹਾਨੂੰ ਪੁੱਛਦਾ, ਪਹਿਲਾਂ ਮੈਂ ਦੇਖਿਆ ਨਹੀਂ ਆ ਜਿਹੜੇ ਬੂਟ ਹੈ ਇਹ ਤਸਮੇ ਸਿੱਧੇ ਹੁੰਦੇ ਆ, ਇਹ ਤੁਹਾਡੇ ਬਾਈਪਾਸ ਤਸਮੇ ਉਹਦੇ ਉਹਦੇ ਮੋਢਿਆਂ ਨੱਕ ਪੂੰਜੀ ਜਾਂਦੇ ਤੁਸੀਂ? ਨਹੀਂ ਆਪਾਂ ਤਸਮੇ ਦੇਖੋ, ਇਹ ਤਸਮੇ ਆ ਕੋਈ, ਕੀ ਕੀਤਾ ਇਹਨਾਂ ਨੂੰ? ਸਟਾਈਲ ਹੈ ਅੱਜ ਕੱਲ੍ਹ। ਅੱਛਾ, ਜਿੱਥੇ ਮਰਜ਼ੀ ਲਾ ਲਓ ਤਸਮਾ, ਜਿੱਥੇ ਮਰਜ਼ੀ ਲਾ ਲਓ ਬਸ। ਅੱਛਾ ਅੱਛਾ, ਭਾਵੇਂ ਪਿੱਠ ਤੇ ਲਾ ਲਓ, ਆਹੋ ਉੱਥੇ ਵੀ ਲੱਗੇ ਨੇ ਤਸਮੇ ਤਸਮੇ। ਚਲੋ, ਲੇਜ਼ਰ ਤਾਂ ਸ਼ੂਜ਼ ਪੇ ਅੱਛੇ ਲੱਗਦੇ ਆ ਨਾ? ਨਹੀਂ, ਇੱਕ ਪਿੱਛੇ ਵੀ ਹੁੰਦਾ, ਪਤਾ ਨਹੀਂ ਇੱਥੇ ਵੀ ਲੱਗੇ। ਕੁੜੀਆਂ ਜਿੱਥੇ ਮਰਜ਼ੀ ਲਾ ਲੈਣਾ, ਕੋਈ ਚੱਕਰ ਨਹੀਂ। ਪੁੰਚੂ, ਇਹ ਕਿੱਥੋਂ ਨਾਮ ਪਿਆ ਜੀ? ਪੁੰਚੂ ਇਹ ਰਾਜ ਹੈ ਜੀ, ਮੈਨੂੰ ਵੀ ਨਹੀਂ ਪਤਾ ਕਿੱਥੋਂ ਪਿਆ। ਅੱਛਾ ਅੱਛਾ, ਰਾਜ ਰਾਜ ਹੀ ਰਹੂਗਾ ਸਰ? ਰਾਜ ਰਾਜ ਹੀ ਰਹੂਗਾ। ਘਰ ਦੇ ਕੀ ਕਹਿੰਦੇ ਆ?
ਘਰ ਦੇ ਪੰਖੀ ਕਹਿੰਦੇ ਨੇ ਪੰਖੀ ਪੱਖੀ ਪੱਖੀ ਨਾ ਪੰਖੀ 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 ਪੰਕੂ ਬੋਲ ਗਿਆ ਮੈਂ ਤਾਂ ਪੰਖੀ ਪੰਕੂ ਗਾਣਾ ਆਉਂਦਾ ਹਾਂ ਹਾਂ ਸੁਣਾਓ ਫਿਰ ਉੜਾੜਾ ਜਿਹਨੂੰ ਸਿੰਜੀ ਆਉਂਦਾ ਗੋਰੀਏ ਇਲੂ ਇਲੂ ਅੱਜ ਕੱਲ ਕਹਿਣ ਲੱਗਿਆ ਤਾੜੀਆਂ ਜੀ ਦੀ ਦਲੀ ਜ਼ਮੀਨ ਟੱਪਦਾ ਸੀ ਜਿਹੜਾ ਤੇਰੇ ਪਿੱਛੇ ਹੁਣ ਗੇੜੇ ਜਾਣ ਲੱਗਿਆ ਹੱਸੀ ਦੀ ਫੁੱਲਾਂ ਵਾਂਗੀ ਹੱਸਦੀ ਨੀ ਤੱਕ ਲਿਆ ਤੈਨੂੰ ਇੱਕ ਮਿੰਟ ਫੁੱਲਾਂ ਨੀ ਫੁੱਲਾਂ ਮੰਗੋ ਫੁੱਲਾਂ ਹਾਂਜੀ ਉਹ ਜੱਟਾਂ ਵਿਗਾੜਤਾ ਤੂੰ ਮੁੰਡਾ ਗੋਰੀਏ ਅੰਬਰਾਂ ਦੀ ਟਾਣੀ ਵਿੱਚ ਬਹਿੰਦਾ ਮੋੜ ਤੇ ਅੰਬਰਾਂ ਦੀ ਨੀ ਚੋਬਰਾਂ ਦੀ ਟਾਣੀ 'ਚ ਬਹਿੰਦਾ ਮੋੜ ਤੇ ਮੈਂ ਤਾਂ ਅੰਬਰ ਅੰਬਰ ਚ ਕਿੱਥੇ ਬਹਿੰਦੀ ਯਾਰ ਜੋਰਦਾਰ ਰੱਬ ਦੇ ਵਾਂਗ ਤੇ ਆਉਂਦਾ ਸੀ ਮੈਂ ਚੋਰੀ ਚੋਰੀ ਤੱਕ ਕੇ ਉਹਨੂੰ ਆਪਣਾ ਦਿਲ ਸਮਝਾਉਂਦਾ ਸੀ ਮੈਂ ਜਿਹਦੇ ਪਿੱਛੇ ਮਿੱਤਰਾਂ ਨੇ ਕੀਤੀ ਪਰਵਾਨਾ ਤੂੰ ਪਛਾਣਦੀ ਹੈ ਉਹ ਦੇਖਣ ਲੱਗੀ ਹੈ ਮੈਨੂੰ ਪਿੱਛੇ ਮੁੜ ਕੇ ਲੱਗਦਾ ਤਿਆਰੀ ਉਹਦੀ ਹਾਂਦੀ ਹੈ ਦੇਖਣ ਲੱਗੀ ਐ ਮੈਨੂੰ ਪਿੱਛੇ ਮੁੜ ਕੇ ਲੱਗਦਾ ਤਿਆਰੀ ਉਹਦੀ ਹਾਂਦੀ ਐ ਬਹੁਤ ਵਧੀਆ ਗਾਇਆ ਵੀਰੇ ਮੁੰਡੇ ਨੂੰ ਜ਼ੋਰਦਾਰ ਤਾੜੀਆਂ ਵੀਰੇ ਲਈ ਜਿੰਮ ਜਾਣ ਲੱਗ ਪਏ ਜਿੰਮ ਜਿੰਮ ਜਾਂਦੇ ਹੋ ਅੱਛਾ ਇਹ ਹੀ ਹੈ ਵੀ ਜਿੱਦਾਂ ਖੇਤਾਂ 'ਚ ਗੰਨਾ ਲੱਗਾ ਹੁੰਦਾ ਹੈ ਕਮਾਦ ਠੀਕ ਹੈ ਕੋਈ ਚੱਕਰ ਨਹੀਂ ਪਤਾ ਕੀ ਖਾਇਆ ਖੁਆ ਕਰੋ ਸਿਹਤ ਬਣੂਗੀ ਦੁੱਧ ਪੀਆ ਕਰੋ ਹਾਂਜੀ ਹਾਂਜੀ ਹੈ ਕਿ ਨਹੀਂ ਕੀ ਕੀ ਕੋਈ ਦੱਸੋਗੇ ਕੀ ਕਰਨਾ ਹੀ ਚਾਹੁੰਦੇ ਅੱਗੇ ਅੱਗੇ ਤਾਂ ਬੜੀ ਛੇਤੀ ਆ ਗਈ ਤੁਸੀਂ ਵੀ ਮੈਂ ਆਉਣਾ ਅੱਗੇ ਅਤੇ ਕਿੱਦਾਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਮੇਰੇ ਜਿਹੜੇ ਖਾਸ ਹੈਗੇ ਉਹਨੂੰ ਮਾਫ਼ੀ ਮੰਗਣਾ ਚਾਹੁੰਦਾ ਮਾਫ਼ੀ ਮੰਗਣਾ ਚਾਹੁੰਦਾ ਇੱਕ ਆਪਣੇ ਖਾਸ ਮਾਫ਼ੀਨਾਮਾ ਤਿੰਨ ਤਾਂ ਨਹੀਂ ਆ ਗਿਆ ਕੋਈ ਕਿ ਸੋਰੀ ਬਹੁਤ ਅੱਛਾ ਬਟ ਆਈ ਡਿਡ ਮੈਂ ਅੱਗੇ ਤੋਂ ਨਹੀਂ ਕਰੂੰਗਾ ਅਤੇ ਮੈਨੂੰ ਵਾਰ ਵਾਰ ਕਮੈਂਟ ਮਾਰਦੇ ਨੇ ਕਿ ਬੰਦਾ ਬਣ ਜਾ ਦਿਲਾਂ ਦੇ ਜਾਨੀ ਆ ਮੈਂ ਤੇਰੇ ਨਾਲ ਵਿਆਹੀ ਹੋਈ ਹਾਂ ਮੈਂ ਉਹਨਾਂ ਨੂੰ ਇਹੀ ਕਹਿੰਦਾ ਜੇ ਉਸ ਟਾਈਮ ਟੀ ਵੀ ਦੇਖਦੇ ਹੋਣਗੇ ਇਹਨਾਂ ਨੂੰ ਮਾਫ਼ ਕਰ ਦਿਓ ਮੁੰਡਾ ਚੰਗਾ ਮੁੰਡਾ ਹੀਰਾ ਜਿੰਮ ਲਾਊਗਾ ਮੁੰਡਾ ਹੁਣ ਹਾਂ ਮੁੰਡਾ ਠੀਕ ਹੈ ਜੀ ਹਾਂ ਕੱਢ ਦੋ ਗੱਡੋਲੇ ਥੈਂਕ ਯੂ ਵੀਰੇ ਕੋਈ ਚੱਕਰ ਨਹੀਂ ਇੰਨਾ ਬੋਝ ਵਿੱਚ ਆ ਮੈਨੂੰ ਫੜਾ ਦਿਓ ਮੈਂ ਚੁੱਕ ਲੈਂਦਾ ਮੈਂ ਫੜ ਲਾਂਗੀ ਨਹੀਂ ਕੋਈ ਚੱਕਰ ਨਹੀਂ ਮੈਨੂੰ ਫੜਾ ਨਹੀਂ ਮੈਂ ਬੈਗ ਫੜਨਾ ਮੈਂ ਆਹ ਬੈਗ ਹੋ ਜਾ ਬਾਈ ਮੈਂ ਕਿਹਾ ਥੋੜ੍ਹਾ ਹੈ ਨਾ ਫੀਲਿੰਗ ਨਹੀਂ ਆਉਂਦੀ ਹੈ ਕੀ ਹਾਲ ਚਾਲ ਹੈ ਜੀ ਵਧੀਆ ਤੁਸੀਂ ਦੱਸੋ ਠੀਕ ਹੈ ਜੀ ਕੀ ਨਾਮ ਹੈ ਜੀ ਰਵੀਨਾ ਸ਼ਤਾਨੀਆਂ ਕਰਦੇ ਹੋ ਹਾਂ ਥੋੜ੍ਹੀ 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 ਕਿੰਨੀ ਕੁ ਵੀ ਜੇ ਕਿਸੇ ਨੂੰ ਲੱਤ ਮਾਰਨੀ ਹੋਵੇ ਜ਼ੋਰ ਦੀ ਨਹੀਂ ਹੌਲੀ ਜਿਹੀ ਮਾਰਦੀ ਨਹੀਂ ਲੱਤ ਮਾਰਨੀ ਹੋਵੇ ਤਾਂ ਗਿਰਾ ਹੀ ਦੇਣੀ ਹੈ ਗਿਰਾ ਹੀ ਦੇਣੀ ਹੈ ਦੂਜੇ ਨੂੰ ਤਾਂ ਬਤਾ ਕੇ ਨਹੀਂ ਮਾਰਨੀ ਬਤਾ ਕੇ ਨਹੀਂ ਮਾਰਨੀ ਅੱਛਾ ਕਿਹੜੀ ਸ਼ਤਾਨੀ ਕਰਦੇ ਹੁੰਦੇ ਹੋ ਘਰੇ ਹਾਂ ਘਰੇ ਕਰਦੇ ਹੋ ਬਾਹਰ ਕਰਦੇ ਹੋ ਕਿੱਥੇ ਕਰਦੇ ਸ਼ਤਾਨੀਆਂ ਫਰੈਂਡਸ ਨਾਲ ਕਰਦੇ ਬੈਸਟ ਫਰੈਂਡ ਕਿਹੜੀ ਹੈ ਬੈਸਟ ਫਰੈਂਡ ਤਾਂ ਦੋ ਹੈ ਇੱਕ ਸਕੂਲ 'ਚ ਸੀ ਇੱਕ ਇੱਥੇ ਹੀ ਹੈ ਹਾਂ ਇੱਥੇ ਇੱਥੇ ਵਾਲੀ ਦਾ ਨਾਮ ਦੱਸੋ ਮੁੰਡਾ ਹੈ ਉਹ ਅੱਛਾ ਦੱਸੋ ਕੀ ਨਾਮ ਉਹਨੇ ਕਿਹਾ ਬੈਸਟ ਫਰੈਂਡ ਮੁੰਡਾ ਓ ਯਾਰ ਫਰੈਂਡ ਹੁੰਦੇ ਆ ਫਿਰ ਕੀ ਹੋ ਗਿਆ ਆ ਜਨਤਾ ਆਪਣੇ ਲਈ ਹਾਏ ਹਾਏ ਫੋਨ ਆਇਆ ਹੈ ਹੁਣ ਕਿਹਦਾ ਆਇਆ ਹੈ ਅੱਛਾ ਤੁਹਾਡਾ ਡ੍ਰੀਮ ਕਿੱਥੇ ਵੀ ਕਿੱਥੇ ਮੈਂ ਜਾਵਾਂ ਵਿਜ਼ਿਟ ਕਿੱਥੇ ਕਰਾਂ ਵਿਜ਼ਿਟ ਵੈਨੇਸ਼ੀਆ ਹਾਂ ਰੇਸ਼ਾ ਵੈਨੇਸ਼ੀਆ ਮਲੇਸ਼ ਇਹ ਦੇਸ਼ ਆ ਮੁਲਕ ਹੈ ਮੁਲਕ ਹੈ ਕਿੱਥੇ ਕਿੱਥੇ ਪੈਂਦਾ ਹੈ ਇਹ ਯੂਰਪ ਚ ਪੈਂਦਾ ਉੱਥੇ ਕਿਉਂ ਜਾਣਾ ਉੱਥੇ ਅੱਛੀ ਲੱਗਦੀ ਹੈ ਪਲੇਸ ਮੈਨੂੰ ਅੱਛਾ ਕਿੰਨੀ ਵਾਰੀ ਗਏ ਹੋ ਪਹਿਲਾਂ ਗਏ ਨਹੀਂ ਜਾਣਾ ਚਾਹੁੰਦੀ ਜੀ ਤਾਂ ਡ੍ਰੀਮ ਹੈ ਅੱਛਾ ਅੱਛਾ ਡ੍ਰੀਮ ਹੈ ਹੁਣ ਤਾਂ ਰਿਹਾ ਮੈਂ ਨੈਟ ਤੇ ਦੇਖੀਆਂ ਫੋਟੋਆਂ ਹਾਂ ਅੱਛਾ ਚਲੋ ਠੀਕ ਹੈ ਤੇ ਸਪੋਜ਼ ਕਰੋ ਵੀ ਅੱਜ ਤੁਸੀਂ ਮਲੇਸ਼ੀਆ ਦੇ ਵਿੱਚ ਹੋ ਵੈਨੇਸ਼ੀਆ ਚਲੋ ਜਿਹੜਾ ਵੀ ਹੈ ਨਾ ਇੱਕ ਤਾਂ ਨਾਂ ਹੀ ਤਾਂ ਨਾਂ ਨਹੀਂ ਲੈਣਾ ਆਉਂਦਾ ਇਹ ਕੁੜੀ ਜਾਊਗੀ ਵੈਨੇਸ਼ੀਆ 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 ਦੇ ਵਿੱਚ ਆ ਗਏ ਤੁਸੀਂ ਤੇ ਵੀ ਐਂ ਰਾਤ ਨੂੰ ਸੁੱਤੇ ਐਂ ਉੱਠੇ ਐਂ ਵੈਨੇਸ਼ੀਆ ਹਾਂ ਹਾਂ ਦੁਬਾਰਾ ਫਿਰ ਬੇਹੋਸ਼ ਹੋ ਗਏ ਫਿਰ ਉਠਾਇਆ ਗਿਆ ਵੀ ਨਹੀਂ ਰਵੀਨਾ ਵਿਨੇਸ਼ੀਆ ਹੀ ਹੈ ਕੀ ਕਰੋਗੇ ਇੱਕ ਦਿਨ ਪੂਰਾ ਕੀ ਕਰੋਗੇ ਵਿਨੇਸ਼ੀਆ ਪਹੁੰਚ ਗਏ ਹੁਣ ਹੁਣ ਠੀਕ ਹੈ ਹੁਣ ਤੁਹਾਡੇ ਕੋਲ 10-12 ਘੰਟੇ ਆ ਕੀ ਕਰੋਗੇ ਘੁੰਮਾਂਗੇ ਕਿੱਥੇ ਘੁੰਮਾਂਗੇ ਐਸ਼ ਕਰਾਂਗੇ ਐਸ਼ ਕਿਵੇਂ ਹੁੰਦੀ ਵਿਨੇਸ਼ੀਆ 'ਚ ਜੋ ਚੀਜ਼ 'ਚ ਆਉਂਦਾ ਉਹ ਕਰਾਂਗੇ ਅੱਛਾ ਕੀ ਕੀ ਜੋ ਵੀ ਮੈਂ ਕੁੱਤੇ ਨੂੰ ਕੁੱਟੋਗੇ ਕੁੱਤਿਆਂ ਨੂੰ ਥੋੜਾ ਬੰਦਾ ਨੂੰ ਕੁੱਟਣ ਦਾ ਫਾਇਦਾ ਹੈ ਕੁੱਤਾ ਨੂੰ ਕੁੱਟ ਕੇ ਕੀ ਕਹਿਣਾ ਬੰਦਿਆਂ ਨੂੰ ਕੁੱਟਦੇ ਤੁਸੀਂ ਕੁੱਟ ਲੈ ਕੁੱਟੇ ਆ ਹਾਂ ਬੰਦੇ ਕੁੱਟੇ ਤੁਸੀਂ ਆਪਣੀ ਕਲਾਸ 'ਚ ਕੁੱਟਿਆ ਸੀ ਇੱਕ ਕਿਹੜਾ ਇੱਕ ਮੁੰਡਾ ਸੀ ਮੈਨੂੰ ਹਰ ਰੋਜ਼ ਤੰਗ ਕਰਦਾ ਸੀ ਓਏ ਪਿੱਛੇ ਪਿੱਛੇ ਵੀ
ਪਹਿਲਾਂ ਮੈਨੂੰ ਬਹੁਤ ਗੁੱਸਾ ਆਉਂਦਾ ਸੀ, ਤੁਹਾਨੂੰ ਨਹੀਂ ਕੁੱਟਣਾ ਮੈਂ, ਡਰ ਜਾਣਾ ਨਹੀਂ, ਡਰਨਾ ਨਹੀਂ ਤੁਸੀਂ, ਮੇਰੀ ਐਨਰਜੀ ਲੋ ਹੀ ਮੈਨੂੰ ਰੋਜ਼ ਤੰਗ ਕਰਦਾ ਸੀ। ਤਾਂ ਇੱਕ ਦਿਨ ਮੈਂ ਉਹਨੂੰ ਦੋ ਚਾਰ ਚਪੇੜ ਮਾਰਦੀ, ਕਹਿੰਦਾ ਭੈਣ ਮਾਫ਼ ਕਰ। ਮੈਨੇ ਕਿਹਾ ਠੀਕ ਹੈ ਜਾ, ਕਹਿੰਦਾ ਐ ਕਰ ਤੂੰ ਮੇਰੇ 101 ਚਪੇੜੇ ਮਾਰ ਲੈ, ਸ਼ਗਨ ਹੀ ਹੋ ਜਾਣਾ, ਮੈਂ ਵੀ ਮਾਰਤੇ 101 ਚਪੇੜਾ। ਵਾਹਿਗੁਰੂ ਆਸ਼ੀਰਵਾਦ ਹੋ ਰਹਿਤਾ ਜੀ ਮੇਰੀ ਭੈਣ। ਆਲ ਆਲ ਜਾਓ 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 ਘਰੋਂ ਜਾਓ ਘਰੋਂ, ਅੱਬਾ ਬੱਸ ਲਾਓ ਜੀ ਸਪੈਸ਼ਲ ਕੁੜੀ ਲਈ, ਠੀਕ ਹੈ ਜੀ, ਜਾਓ 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 ਜਾਓ, ਸੁਖੀ 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 ਬਸੋ ਸੁਖੀ ਬਸੋ। ਥੈਂਕਸ ਫੋਰ ਵਾਚਿੰਗ ਕੰਟੀਨਿਊ ਮਡੀਰ ਔਰ MH1 ਕੰਟੀਨਿਊ ਮਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਸ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ। ਥੈਂਕ ਯੂ ਸੋ ਮੱਚ।